28 ਦਸੰਬਰ 2023 ਨੂੰ ਇੱਕ ਵਾਰ ਫਿਰ ਤੋਂ ਪੰਜਾਬ ਹਰਿਆਣਾ ਦੇ ਵਿਵਾਦਿਤ ਮੁੱਦੇ SYL ਸੰਬੰਧੀ ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਤੇ ਕੇਂਦਰੀ ਲੀਡਰਾਂ ਦੇ ਵਿਚਕਾਰ ਬੈਠਕ ਹੋਈ ਹੈ ਜੋ ਕਿ ਬੇਨਤੀਜਾ ਨਿਕਲੀ। ਲੇਕਿਨ ਇਸ ਬੈਠਕ ਤੋਂ ਪਹਿਲਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੋਹਾਲੀ ਦੇ ਵਿੱਚ ਦੱਬ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕੋਲ ਆਪਣੇ ਲਈ ਪਾਣੀ ਨਹੀਂ ਹੈ ਤੇ ਜੇਕਰ ਸਰਕਾਰ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਨੂੰ ਪਾਣੀ ਵੰਡਣ ਲਈ ਕਹੇ ਤਾਂ ਇਹ ਗਲਤ ਹੋਵੇਗਾ। ਉਹਨਾਂ ਦਾ ਕਹਿਣਾ ਹੈ ਕਿ ਇਸ ਮੁੱਦੇ ਤੇ ਵਾਰ ਵਾਰ ਮੀਟਿੰਗਾਂ ਕਰਨਾ ਤੇ ਫੈਸਲੇ ਲਈ ਦਬਾਅ ਪਾਉਣਾ ਗਲਤ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਪ੍ਰਸਤਾਵਿਤ ਮੀਟਿੰਗ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਇਹ ਮੀਟਿੰਗ ਪੰਜਾਬ ਵੱਲੋਂ ਆਪਣੇ ਹਿੱਸੇ ਦੀ SYL ਬਣਾਉਣ ਅਤੇ ਹਰਿਆਣਾ ਦੇ ਨਾਲ ਪਾਣੀ ਵੰਡਣ ਦੇ ਲਈ ਸੱਦੀ ਗਈ ਜੋ ਕਿ ਉਹਨਾਂ ਨੂੰ ਪਸੰਦ ਨਹੀਂ ਆਈ। ਦੇਖੋ ਐਸਾ ਹੈ, ਹਮਾਰੀ ਮੰਗੇ ਬਿਲਕੁਲ ਕੌਂਸਟੀਟਿਊਸ਼ਨਲ ਹੈ, ਬਿਲਕੁਲ ਲੀਗਲ ਹੈ। ਹਮਾਰੇ ਕੌਂਸਟੀਟਿਊਸ਼ਨ ਮੇਂ ਤੀਨ ਸੂਚੀ ਹੈ, ਇੱਕ ਸਟੇਟ ਲਿਸਟ ਹੈ, ਇੱਕ ਕਨਕਰੈਂਟ ਲਿਸਟ ਹੈ, ਇੱਕ ਯੂਨੀਅਨ ਲਿਸਟ ਹੈ। ਔਰ ਜੋ ਪਾਣੀ ਹੈ ਸਬਜੈਕਟ ਹੈ, ਸਟੇਟ ਲਿਸਟ ਕੀ 17 ਆਈਟਮ ਹੈ, ਉਸ ਪਰ ਦਰਜ ਹੈ ਕਿ ਪਾਣੀ ਸਟੇਟ ਸਬਜੈਕਟ ਹੈ, ਇਸ ਮੇਂ ਸੈਂਟਰ ਸਰਕਾਰ ਕੋਈ ਇੰਟਰਫੀਰੈਂਸ ਨਹੀਂ ਕਰ ਸਕਤੀ, ਕੋਈ ਕਾਨੂੰਨ ਨਹੀਂ ਪਾਸ ਕਰ ਸਕਤੀ। ਹਮਾਰੇ ਕੋ ਇਤਰਾਜ ਨਹੀਂ ਹਰਿਆਣੇ ਕੋ ਪਾਣੀ ਜਾਏ, ਇਹ ਇਤਰਾਜ ਨਹੀਂ ਹੈ, ਪਰ ਇਤਰਾਜ ਇਹ ਹੈ ਕਿ ਇਹ ਤੋਂ ਪਹਿਲੇ ਬਤਾਓ ਪਾਣੀ ਦਾ ਮਾਲਕ ਕੌਣ ਹੈ। ਦੱਸ ਦਈਏ ਕਿ SYL ਦਾ ਮੁੱਦਾ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਅਤੇ ਹਰਿਆਣਾ ਦਰਮਿਆਨ ਵਿਵਾਦ ਦਾ ਕਾਰਨ ਬਣਿਆ ਹੋਇਆ। ਇਸ ਨਹਿਰ ਨੂੰ ਬਣਾਉਣ ਦੇ ਪਿੱਛੇ ਵਿਚਾਰ ਇਹ ਸੀ ਕਿ ਇਸ ਦੇ ਨਾਲ ਰਾਵੀ ਅਤੇ ਬਿਆਸ ਦਰਿਆਵਾਂ ਦਾ ਪਾਣੀ ਦੋਵਾਂ ਰਾਜਾਂ ਵਿਚਕਾਰ ਸਹੀ ਢੰਗ ਦੇ ਨਾਲ ਵੰਡਿਆ ਜਾਵੇਗਾ। ਇਸ ਪ੍ਰੋਜੈਕਟ ਦੇ ਵਿੱਚ 214 ਕਿਲੋਮੀਟਰ ਲੰਬੀ ਨਹਿਰ ਬਣਾਈ ਜਾਣੀ ਹੈ, ਜਿਸ ਦੇ ਵਿੱਚੋਂ 122 ਕਿਲੋਮੀਟਰ ਪੰਜਾਬ ਵਿੱਚ ਅਤੇ ਬਾਕੀ 92 ਕਿਲੋਮੀਟਰ ਹਰਿਆਣਾ ਵਿੱਚ ਬਣਾਈ ਜਾਣੀ ਹੈ। ਹਰਿਆਣਾ ਸਰਕਾਰ SYL ਨਹਿਰ ਦੇ ਨਿਰਮਾਣ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨਾ ਚਾਹੁੰਦੀ ਹੈ। ਹਰਿਆਣਾ ਨੇ ਆਪਣੇ ਖੇਤਰ ਦੇ ਵਿੱਚ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਹੈ। ਪੰਜਾਬ ਨੇ ਵੀ 1982 ਦੇ ਵਿੱਚ ਇਸ ਤੇ ਕੰਮ ਸ਼ੁਰੂ ਕੀਤਾ ਸੀ, ਪਰ ਇਸ ਤੋਂ ਬਾਅਦ ਵਿਰੋਧ ਨੂੰ ਵੇਖਦਿਆਂ ਹੋਇਆਂ ਨਹਿਰ ਦੀ ਉਸਾਰੀ ਦਾ ਕੰਮ ਬੰਦ ਕਰ ਦਿੱਤਾ ਗਿਆ ਤੇ ਇਹ ਵਿਵਾਦ ਦਹਾਕਿਆਂ ਤੋਂ ਚੱਲਿਆ ਆ ਰਿਹਾ, ਜਿਸ ਤੇ ਸੁਣਵਾਈ ਕਰਦੇ ਹੋਏ 4 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਸੀ ਕਿ ਉਹ ਪੰਜਾਬ ਦੀ ਜ਼ਮੀਨ ਦਾ ਸਰਵੇਖਣ ਕਰੇ, ਜਿੱਥੇ SYL ਨਹਿਰ ਦਾ ਕੁਝ ਹਿੱਸਾ ਬਣਨਾ ਹੈ ਉੱਥੇ ਹੋ ਰਹੇ ਨਿਰਮਾਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿਚਕਾਰ ਇਹ ਮੀਟਿੰਗ ਹੋਈ ਹੈ। ਬਿਊਰੋ ਰਿਪੋਰਟ, ABP ਸਾਂਝਾ। Thank you.